ਇਟਲੀ ਦੇ ਪਾਵੀਆ ਨੇੜੇ ਸਥਿਤ ਇੱਕ ਡੇਅਰੀ ਫਾਰਮ ਦੇ ਵਿੱਚ ਪੰਜਾਬ ਤੋਂ ਗਏ 4 ਸਿੱਖ ਨੌਜਵਾਨਾਂ ਦੀ ਗੋਹੇ ਦੇ ਟੈਂਕ ਵਿੱਚ ਡਿੱਗ ਕੇ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। 4 ਭਾਰਤੀ ਮੂਲ ਦੇ ਪੰਜਾਬੀ ਸਨ, ਇਹਨਾਂ ਵਿੱਚੋਂ 2 ਸਕੇ ਭਰਾ ਸਨ। ਸਕੇ ਭਰਾਵਾਂ ਦੇ ਵਿੱਚ 48 ਸਾਲਾ ਪ੍ਰੇਮ ਸਿੰਘ ਅਤੇ ਤਰਸੇਮ ਸਿੰਘ ਜਿਸ ਦੀ ਉਮਰ 45 ਸਾਲ ਸੀ, ਜਦਕਿ 2 ਹੋਰਨਾਂ ਦੀ ਪਹਿਚਾਣ ਅਮਰਿੰਦਰ ਸਿੰਘ ਜਿਸ ਦੀ ਉਮਰ 29 ਸਾਲ ਅਤੇ ਮਨਜਿੰਦਰ ਸਿੰਘ 28 ਸਾਲਾ ਵਜੋਂ ਹੋਈ ਹੈ। ਪ੍ਰੇਮ ਸਿੰਘ ਅਤੇ ਤਰਸੇਮ ਇਸ ਫਾਰਮ ਦੇ ਮਾਲਕ ਸਨ, ਜਦੋਂ ਕਿ 2 ਦੂਸਰੇ ਇਸ ਫਾਰਮ ਦੇ ਵਿੱਚ ਕੰਮ ਕਰ ਰਹੇ ਸਨ। ਇਸ ਹਾਦਸੇ ਦੀ ਜਾਂਚ ਕਰ ਰਹੀ ਟੀਮ ਦਾ ਮੰਨਣਾ ਹੈ ਕਿ 4 ਜਣਿਆਂ ਦੀ ਮੌਤ ਗੋਹੇ ਵਿੱਚੋਂ ਉੱਠਣ ਵਾਲੀ ਕਾਰਬਨ ਡਾਈਆਕਸਾਈਡ ਗੈਸ ਕਰਕੇ ਹੋਈ ਹੈ। ਉਹਨਾਂ ਦਾ ਮੰਨਣਾ ਹੈ ਕਿ 4 ਵਿੱਚੋਂ ਇੱਕ ਵਿਅਕਤੀ ਜੋ ਪਹਿਲਾਂ ਇਸ ਟੈਂਕ ਨੂੰ ਖਾਲੀ ਕਰ ਰਿਹਾ ਸੀ, ਟੈਂਕ ਵਿੱਚ ਜਾ ਡਿੱਗਾ, ਜਿਸ ਤੋਂ ਬਾਅਦ 3 ਉਸ ਨੂੰ ਬਚਾਉਣ ਦੇ ਲਈ ਟੈਂਕ ਵਿੱਚ ਕੁੱਦ ਪਏ ਅਤੇ 4 ਜਣਿਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਦੋਵਾਂ ਭਰਾਵਾਂ ਨੇ 2017 ਵਿੱਚ ਇਹ ਡੇਅਰੀ ਫਾਰਮ ਰਜਿਸਟਰ ਕਰਵਾਇਆ ਸੀ, ਜੋ ਕਿ ਮਿਲਾਨ ਤੋਂ 45 ਕਿਲੋਮੀਟਰ ਦੀ ਦੂਰੀ ਤੇ ਸਥਿਤ ਸੀ। ਪ੍ਰੇਮ ਸਿੰਘ ਅਤੇ ਤਰਸੇਮ ਸਿੰਘ ਦਾ ਇਹ ਫਾਰਮ ਸਿੰਘਸ ਫਾਰਮ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ ਅਤੇ ਦੁੱਧ ਤੋਂ ਇਲਾਵਾ ਮੀਟ ਲਈ ਵਰਤੇ ਜਾਣ ਵਾਲੇ ਵੱਛਿਆਂ ਲਈ ਪਾਵੀਆ ਇਲਾਕੇ ਦਾ ਸਭ ਤੋਂ ਵੱਡਾ ਫਾਰਮ ਮੰਨਿਆ ਜਾਂਦਾ ਹੈ। ਹਾਦਸੇ ਸਮੇਂ ਗੋਹਾ ਡੇਅਰੀ ਫਾਰਮ ਦੇ ਨਾਲ ਲੱਗਦੇ ਖੇਤਾਂ ਵਿੱਚ ਖਾਦ ਦੇ ਤੌਰ ਤੇ ਪਾਉਣ ਦੇ ਲਈ ਕੱਢਿਆ ਜਾ ਰਿਹਾ ਸੀ। ਜਦ ਇਹ 4 ਵਾਪਸ ਘਰਾਂ ਨੂੰ ਨਹੀਂ ਪਰਤੇ ਤਾਂ ਘਰਾਂ ਦੀਆਂ ਔਰਤਾਂ ਜੋ ਉਹਨਾਂ ਨੂੰ ਦੁਪਹਿਰ ਦੇ ਖਾਣੇ ਤੇ ਉਡੀਕ ਰਹੀਆਂ ਸਨ, ਡੇਅਰੀ ਫਾਰਮ ਤੇ ਆਈਆਂ, ਜਿੱਥੇ ਪਹਿਲਾਂ ਉਹਨਾਂ ਨੂੰ ਗੋਹੇ ਵਾਲੇ ਟੈਂਕ ਵਿੱਚ ਇੱਕ ਲਾਸ਼ ਦਿਖਾਈ ਦਿੱਤੀ, ਜਿਸ ਤੋਂ ਬਾਅਦ ਉਹਨਾਂ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ, ਜਿਨ੍ਹਾਂ ਨੇ ਮਾਸਕ ਪਾ ਕੇ ਗੋਹੇ ਵਾਲਾ ਟੈਂਕ ਖਾਲੀ ਕੀਤਾ ਅਤੇ 3 ਹੋਰ ਲਾਸ਼ਾਂ ਬਰਾਮਦ ਕੀਤੀਆਂ। ਤਾਂ ਗਲੋਬ ਐਡਵਾਈਸ ਓਵਰਸੀਜ਼ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ, ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਅਤੇ ਸਕੋਲਰਸ਼ਿਪਸ ਵਿੱਚ ਹੈਲਪ ਕਰਦੇ ਹਾਂ। ਅਸੀਂ ਬੱਚਿਆਂ ਨੂੰ ਅਪ ਟੂ 50 ਲੈਕ ਤੱਕ ਸਕੋਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਬੱਚਿਆਂ ਦੇ ਵੀਜ਼ਾ LORs SOP 'ਚ ਹੈਲਪ ਕਰਦੇ ਹਾਂ ਅਤੇ ਪੋਸਟ ਲੈਂਡਿੰਗ ਸਰਵਿਸਿਸ ਵਿੱਚ ਏਅਰਪੋਰਟ ਪਿਕਅਪ ਅਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਦੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।